ਤੁਹਾਨੂੰ ਖੁਸ਼ ਕਰ ਦੇਣਗੀਆਂ ਇਹ ਤਸਵੀਰਾਂ। ਏਐਸਆਈ ਨੂੰ ਜਨਮ ਦਿਨ ਤੇ ਛੁੱਟੀ ਨਹੀਂ ਮਿਲੀ, ਨਾਕੇ ਤੇ ਖੜ ਕੇ ਡਿਊਟੀ ਦੇ ਰਿਹਾ ਸੀ। ਪਰਿਵਾਰ ਨੇ ਦੇਖਿਆ ਕਿ ਏਐਸਆਈ ਨੂੰ ਸਰਪ੍ਰਾਈਜ਼ ਦਿੰਦੇ ਆ, ਤਾਂ ਪਰਿਵਾਰ ਕੇਕ ਲੈ ਕੇ ਕੁਝ ਮੁੰਡਿਆਂ ਦੇ ਨਾਲ ਅਤੇ ਬੱਚਿਆਂ ਦੇ ਨਾਲ ਨਾਕੇ ਤੇ ਹੀ ਪਹੁੰਚ ਗਿਆ, ਜਿੱਥੇ ਨਾਕੇ ਤੇ ਏਐਸਆਈ ਦੇ ਨਾਲ ਰਲ ਕੇ ਸੈਲੀਬ੍ਰੇਟ ਕੀਤਾ ਗਿਆ ਅਤੇ ਮੌਕੇ ਤੇ ਕੇਕ ਵੀ ਕਟਾਇਆ ਗਿਆ। ਨਾਲ ਮੁਲਾਜ਼ਮ ਜਿਹੜੇ ਨਾਲ ਸੀ ਏਐਸਆਈ ਦੇ, ਉਹਨਾਂ ਦਾ ਵੀ ਮੂੰਹ ਮਿੱਠਾ ਕਰਾਇਆ ਗਿਆ। ਦਰਅਸਲ ਤੁਹਾਨੂੰ ਦੱਸਦੇ ਹਾਂ, ਇਸ ਟ੍ਰੈਫਿਕ ਪੁਲਿਸ ਦੇ ਏਐਸਆਈ ਨੂੰ ਆਪਣਾ ਜਨਮ ਦਿਨ ਹੀ ਭੁੱਲ ਗਿਆ ਸੀ। ਕੰਮ ਕਾਰ ਦੇ ਵਿੱਚ, ਘਰ ਗ੍ਰਸਤੀ ਦੇ ਵਿੱਚ ਇੰਨਾ ਫਸ ਗਿਆ ਕਿ ਆਪਣਾ ਜਨਮ ਦਿਨ ਭੁੱਲ ਗਿਆ ਅਤੇ ਛੁੱਟੀ ਵੀ ਨਹੀਂ ਮਿਲੀ, ਜਿਸ ਤੋਂ ਬਾਅਦ ਧੁੱਪੇ ਖੜ ਕੇ ਦੇਖੋ ਕਿਵੇਂ ਡਿਊਟੀ ਕਰ ਰਿਹਾ ਸੀ। ਪਰਿਵਾਰ ਆਉਂਦਾ ਹੈ, ਪਰਿਵਾਰ ਨੂੰ ਦੇਖ ਕੇ ਬੇਹੱਦ ਪਹਿਲਾਂ ਤਾਂ ਏਐਸਆਈ ਖੁਸ਼ ਹੁੰਦਾ ਹੈ, ਬਾਅਦ ਦੇ ਵਿੱਚ ਜਦੋਂ ਆਉਣ ਦੀ ਵਜ੍ਹਾ ਪਤਾ ਚੱਲਦੀ ਹੈ ਤਾਂ ਉਸਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ, ਕਿਉਂਕਿ ਏਐਸਆਈ ਇੰਨੀ ਮਿਹਨਤ ਜਿਸ ਪਰਿਵਾਰ ਦੇ ਲਈ ਕਰ ਰਿਹਾ ਹੈ, ਉਹ ਪਰਿਵਾਰ ਏਐਸਆਈ ਦੀ ਮਿਹਨਤ ਦਾ ਮੁੱਲ ਵੀ ਜ਼ਰੂਰ ਪਾ ਰਿਹਾ ਹੈ। ਆਓ ਉਸ ਏਐਸਆਈ ਦੇ ਨਾਲ ਗੱਲਬਾਤ ਕਰਦੇ ਹਾਂ ਜਿਸ ਦਾ ਜਨਮ ਦਿਨ ਨਾਕੇ ਤੇ ਮਨਾਇਆ ਗਿਆ। ਆਪਣਾ ਸ਼ੁਭ ਨਾਮ ਏਐਸਆਈ ਮਨਜੀਤ ਸਿੰਘ, ਜੋ ਟ੍ਰੈਫਿਕ ਡਿਊਟੀ ਕਰਦਾ, ਕਸਟਮ ਚੌਂਕ ਦੇ ਵਿੱਚ ਡਿਊਟੀ ਮੇਰੀ। ਅੱਜ ਤੁਹਾਡਾ ਜਨਮ ਦਿਨ ਮਨਾਇਆ ਜਾ ਰਿਹਾ, ਪਰਿਵਾਰ ਸਣੇ ਤੁਸੀਂ ਡਿਊਟੀ ਤੇ, ਤੁਹਾਡੇ ਉੱਥੇ ਪਰਿਵਾਰ ਵਾਲੇ ਆਏ, ਕੀ ਕਹਿਣਾ ਚਾਹੁੰਦੇ? ਮੈਂ ਕਹਿੰਦਾ ਬਹੁਤ ਮੈਂ ਧੰਨਵਾਦੀ ਹਾਂ, ਡਿਊਟੀ ਦੌਰਾਨ ਆਪਣਾ ਜਨਮ ਦਿਨ ਮਨਾਇਆ ਗਿਆ, ਜੋ ਕਿ ਡਿਊਟੀ ਬਹੁਤ ਆ। ਸਾਡੇ ਅਫਸਰ ਟ੍ਰੈਫਿਕ ਦੇ ਬਹੁਤ ਵਧੀਆ ਨੇ, ਕਿਉਂਕਿ ਮੈਨੂੰ ਇਹ ਆ ਵੀ ਟਾਈਮ ਮਿਲਦਾ ਸੀ ਰੈਸਟ ਦਾ, ਛੁੱਟੀ ਦਾ, ਮੈਨੂੰ ਕੋਈ ਆਪਣਾ ਰੁਝੇਵਿਆਂ ਕਰਕੇ ਮੈਂ ਦਿੱਲੀ ਕੰਮ ਜਾਣਾ ਸੀ। ਐਸ ਪੀ ਸਾਹਿਬ ਨੂੰ ਮੈਂ ਰੈਸਟ ਪੁੱਛੀ ਸੀ ਮੰਗਲਵਾਰ ਦੀ, ਮੈਂ ਦਿੱਲੀ ਜਾਣਾ, ਮੁੰਡੇ ਦਾ ਵੀਜ਼ਾ ਆ, ਵੀਜ਼ਾ ਲੈਣ ਵਾਸਤੇ ਦਿੱਲੀ ਜਾਣਾ ਸੀ, ਇਸ ਕਰਕੇ ਮੈਂ ਛੁੱਟੀ ਨਹੀਂ ਕੀਤੀ। ਐਤਵਾਰ ਜਦੋਂ ਮੇਰਾ ਜਨਮਦਿਨ ਮਨਾਉਣ ਵਾਸਤੇ ਮੈਂ ਇਸ ਕਰਕੇ ਛੁੱਟੀ ਨਹੀਂ, ਮੈਂ ਹੁਣ ਅੱਜ ਸ਼ਾਮ ਨੂੰ ਦਿੱਲੀ ਜਾਣਾ, ਕੱਲ੍ਹ ਨੂੰ ਦਿੱਲੀ ਮੇਰਾ ਵਾਪਸ ਵੀਜ਼ਾ ਲੈ ਕੇ ਵਾਪਸ ਮੁੰਡੇ ਦਾ ਆਉਣਾ ਜੀ। ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਪਰਿਵਾਰ ਅੱਜ ਡਿਊਟੀ ਦੌਰਾਨ ਤੁਹਾਡੇ ਇੱਥੇ ਪਹੁੰਚਿਆ ਤੇ ਜਨਮਦਿਨ ਤੁਹਾਨੂੰ ਮਨਾ ਰਿਹਾ ਹੈ? ਬੱਚੇ ਅਚਾਨਕ ਉਹਨਾਂ ਪ੍ਰੋਗਰਾਮ ਆਇਆ ਜੀ ਇੱਥੇ ਆਉਂਦਾ, ਮੈਨੂੰ ਤਾਂ ਪਤਾ ਨਹੀਂ ਵੀ ਆਉਣਗੇ। ਮੈਂ ਤਾਂ ਕਿਹਾ ਸ਼ਾਮੀ ਆਪਣੇ ਘਰ ਬੱਚੇ ਬਹਿ ਕੇ ਸ਼ਾਮ ਨੂੰ ਜਾ ਕੇ ਡਿਊਟੀ ਤੋਂ ਜਨਮਦਿਨ ਮਨਾਇਆ ਜਾਊਗਾ ਬੱਚਿਆਂ ਵਿੱਚ। ਜੋ ਮੇਰਾ ਲੜਕਾ ਰੋਮਨਜੀਤ ਸਿੰਘ ਜਿਹਦਾ ਵਿਜਾ ਆ ਜਰਮਨ ਦਾ, ਉਹ ਜਿੱਦ ਕਰਕੇ ਆ ਗਿਆ, ਆਪੇ ਹੀ ਦੱਸਿਆ ਵੀ ਮੈਨੂੰ, ਮੈਂ ਚਾਹੂੰ ਬਾਥਰੂਮ ਕਰਨ ਗਿਆ, ਮੈਨੂੰ ਕਿਹਾ ਵੀ ਡੈਡੀ ਕਿੱਥੇ ਹੋ, ਮੈਂ ਚਾਹੂੰ ਜੋ ਉਹ ਗੱਡੀ 'ਚ ਆ ਗਏ, 500 ਮੁੰਡੇ ਯਾਰ ਦੋਸਤ ਲੈ ਗਏ, ਨਾਲ ਗੁੜੀਆ ਆ ਗਈ, ਨਾਲ ਪਰਵਾਨ ਸਾਹਿਬ ਆ ਗਏ, ਉਹਨਾਂ ਨੇ ਇੱਥੇ ਆ ਕੇ ਮੇਰਾ ਜਨਮਦਿਨ ਮਨਾਇਆ ਗਿਆ, ਬਹੁਤ ਵਧੀਆ ਮਨਾਇਆ ਗਿਆ ਜੀ। ਬਹੁਤ ਵਧੀਆ, ਮੈਂ ਜੀ 53ਵਾਂ ਸਾਲ ਸ਼ੁਰੂ ਹੋ ਗਿਆ ਜੀ। ਇਸ ਤਰ੍ਹਾਂ ਦਾ ਲੱਗ ਰਿਹਾ ਤੁਸੀਂ ਡਿਊਟੀ ਤੇ ਵੀ ਆ ਰਹੇ ਹੋ, ਤੁਹਾਡਾ ਪਰਿਵਾਰ ਇੱਥੇ ਆ ਕੇ ਤੁਹਾਡਾ ਜਨਮਦਿਨ ਮਨਾ ਰਿਹਾ? ਬਹੁਤ ਵਧੀਆ, ਮੈਂ ਆਪਣੀ ਡਿਊਟੀ ਦੇ ਨਾਲ ਕਟਾਈ ਨਹੀਂ ਕਰਦਾ, ਜਿੰਨਾ ਚਿਰ ਚੌਂਕ ਦੇ ਨਾਲ ਵਧੀਆ ਡਿਊਟੀ ਕਰਦਾ ਆਪਣੇ ਚੌਂਕ 'ਚ ਰਹਿ ਕੇ। ਤੁਹਾਨੂੰ ਖੁਸ਼ ਕਰ ਦੇਣਗੀਆਂ ਇਹ ਤਸਵੀਰਾਂ। ਏਐਸਆਈ ਨੂੰ ਜਨਮ ਦਿਨ ਤੇ ਛੁੱਟੀ ਨਹੀਂ ਮਿਲੀ, ਨਾਕੇ ਤੇ ਖੜ ਕੇ ਡਿਊਟੀ ਦੇ ਰਿਹਾ ਸੀ। ਪਰਿਵਾਰ ਨੇ ਦੇਖਿਆ ਕਿ ਏਐਸਆਈ ਨੂੰ ਸਰਪ੍ਰਾਈਜ਼ ਦਿੰਦੇ ਆ, ਤਾਂ ਪਰਿਵਾਰ ਕੇਕ ਲੈ ਕੇ ਕੁਝ ਮੁੰਡਿਆਂ ਦੇ ਨਾਲ ਅਤੇ ਬੱਚਿਆਂ ਦੇ ਨਾਲ ਨਾਕੇ ਤੇ ਹੀ ਪਹੁੰਚ ਗਿਆ, ਜਿੱਥੇ ਨਾਕੇ ਤੇ ਏਐਸਆਈ ਦੇ ਨਾਲ ਰਲ ਕੇ ਸੈਲੀਬ੍ਰੇਟ ਕੀਤਾ ਗਿਆ ਅਤੇ ਮੌਕੇ ਤੇ ਕੇਕ ਵੀ ਕਟਾਇਆ ਗਿਆ। ਨਾਲ ਮੁਲਾਜ਼ਮ ਜਿਹੜੇ ਨਾਲ ਸੀ ਏਐਸਆਈ ਦੇ, ਉਹਨਾਂ ਦਾ ਵੀ ਮੂੰਹ ਮਿੱਠਾ ਕਰਾਇਆ ਗਿਆ। ਦਰਅਸਲ ਤੁਹਾਨੂੰ ਦੱਸਦੇ ਹਾਂ, ਇਸ ਟ੍ਰੈਫਿਕ ਪੁਲਿਸ ਦੇ ਏਐਸਆਈ ਨੂੰ ਆਪਣਾ ਜਨਮ ਦਿਨ ਹੀ ਭੁੱਲ ਗਿਆ ਸੀ। ਕੰਮ ਕਾਰ ਦੇ ਵਿੱਚ, ਘਰ ਗ੍ਰਸਤੀ ਦੇ ਵਿੱਚ ਇੰਨਾ ਫਸ ਗਿਆ ਕਿ ਆਪਣਾ ਜਨਮ ਦਿਨ ਭੁੱਲ ਗਿਆ ਅਤੇ ਛੁੱਟੀ ਵੀ ਨਹੀਂ ਮਿਲੀ, ਜਿਸ ਤੋਂ ਬਾਅਦ ਧੁੱਪੇ ਖੜ ਕੇ ਦੇਖੋ ਕਿਵੇਂ ਡਿਊਟੀ ਕਰ ਰਿਹਾ ਸੀ। ਪਰਿਵਾਰ ਆਉਂਦਾ ਹੈ, ਪਰਿਵਾਰ ਨੂੰ ਦੇਖ ਕੇ ਬੇਹੱਦ ਪਹਿਲਾਂ ਤਾਂ ਏਐਸਆਈ ਖੁਸ਼ ਹੁੰਦਾ ਹੈ, ਬਾਅਦ ਦੇ ਵਿੱਚ ਜਦੋਂ ਆਉਣ ਦੀ ਵਜ੍ਹਾ ਪਤਾ ਚੱਲਦੀ ਹੈ
ਤਾਂ ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ, ਕਿਉਂਕਿ ASI ਇੰਨੀ ਮਿਹਨਤ ਜਿਸ ਪਰਿਵਾਰ ਦੇ ਲਈ ਕਰ ਰਿਹਾ ਹੈ ਉਹ ਪਰਿਵਾਰ ASI ਦੀ ਮਿਹਨਤ ਦਾ ਮੁੱਲ ਵੀ ਜ਼ਰੂਰ ਪਾ ਰਿਹਾ ਹੈ। ਆਓ ਉਸ ASI ਦੇ ਨਾਲ ਗੱਲਬਾਤ ਕਰਦੇ ਹਾਂ ਜਿਸ ਦਾ ਜਨਮ ਦਿਨ ਨਾਕੇ ਤੇ ਮਨਾਇਆ ਗਿਆ। ਆਪਣਾ ਸ਼ੁਭ ਨਾਮ ASI ਮਨਜੀਤ ਸਿੰਘ, ਜੋ ਟ੍ਰੈਫਿਕ ਡਿਊਟੀ ਕਰਦਾ ਕਸਟਮ ਚੌਂਕ ਦੇ ਵਿੱਚ ਡਿਊਟੀ ਮੇਰੀ। ਅੱਜ ਤੁਹਾਡਾ ਜਨਮ ਦਿਨ ਮਨਾਇਆ ਜਾ ਰਿਹਾ ਪਰਿਵਾਰ ਸਣੇ, ਤੁਸੀਂ ਡਿਊਟੀ ਦੇ ਤੁਹਾਡੇ ਉੱਥੇ ਪਰਿਵਾਰ ਵਾਲੇ ਆਏ, ਕੀ ਕਹਿਣਾ ਚਾਹੁੰਦੇ? ਮੈਂ ਕਹਿੰਦਾ ਬਹੁਤ ਮੈਂ ਧੰਨਵਾਦੀ ਹਾਂ, ਡਿਊਟੀ ਦੌਰਾਨ ਆਪਣਾ ਜਨਮ ਦਿਨ ਮਨਾਇਆ ਗਿਆ, ਜੋ ਕਿ ਡਿਊਟੀ ਬਹੁਤ ਆ, ਸਾਡੇ ਅਫਸਰ ਟ੍ਰੈਫਿਕ ਬਹੁਤ ਵਧੀਆ ਨੇ, ਕਿਉਂਕਿ ਮੈਨੂੰ ਇਹ ਆ ਵੀ ਟਾਈਮ ਮਿਲਦਾ ਸੀ ਰੈਸਟ ਦਾ, ਛੁੱਟੀ ਦਾ, ਮੈਨੂੰ ਕੋਈ ਆਪਣਾ ਰੁਝੇਵੇਂ ਕਰਕੇ ਮੈਂ ਦਿੱਲੀ ਕੰਮ ਜਾਣਾ ਸੀ। ਐਸ ਪੀ ਸਾਹਿਬ ਨੂੰ ਰੈਸਟ ਪੁੱਛੀ ਸੀ ਮੰਗਲਵਾਰ ਦੀ, ਮੈਂ ਦਿੱਲੀ ਜਾਣਾ, ਮੁੰਡੇ ਦਾ ਵੀਜ਼ਾ ਆ, ਵੀਜ਼ਾ ਲੈਣ ਵਾਸਤੇ ਦਿੱਲੀ ਜਾਣਾ ਸੀ, ਇਸ ਕਰਕੇ ਮੈਂ ਛੁੱਟੀ ਨਹੀਂ ਕੀਤੀ। ਐਤਵਾਰ ਜਦੋਂ ਮੇਰਾ ਜਨਮ ਦਿਨ ਮਨਾਉਣ ਵਾਸਤੇ ਮੈਂ ਇਸ ਕਰਕੇ ਛੁੱਟੀ ਨਹੀਂ, ਮੈਂ ਹੁਣ ਅੱਜ ਸ਼ਾਮ ਨੂੰ ਦਿੱਲੀ ਜਾਣਾ, ਕੱਲ ਨੂੰ ਦਿੱਲੀ ਮੈਨੂੰ ਵਾਪਸ ਵੀਜ਼ਾ ਲੈ ਕੇ ਵਾਪਸ ਮੁੰਡੇ ਦਾ ਆਉਣਾ ਨੇ। ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਪਰਿਵਾਰ ਅੱਜ ਡਿਊਟੀ ਦੌਰਾਨ ਤੁਹਾਡੇ ਇੱਥੇ ਪਹੁੰਚਿਆ ਤੇ ਜਨਮ ਦਿਨ ਤੁਹਾਨੂੰ ਮਨਾ ਰਿਹਾ ਹੈ? ਬੱਚੇ ਅਚਾਨਕ ਉਹਨਾਂ ਪ੍ਰੋਗਰਾਮ ਹੋਇਆ ਜੀ ਇੱਥੇ ਆਉਂਦਾ, ਮੈਨੂੰ ਤਾਂ ਪਹਿਲਾਂ ਵੀ ਆਉਣਗੇ, ਮੈਂ ਤਾਂ ਕਿਹਾ ਸ਼ਾਮੀ ਆਪਣੇ ਘਰ ਬੱਚੇ ਬਹਿ ਕੇ ਸ਼ਾਮ ਨੂੰ ਜਾ ਕੇ ਡਿਊਟੀ ਤੋਂ ਜਨਮ ਦਿਨ ਮਨਾਇਆ ਜਾਊਗਾ ਬੱਚਿਆਂ ਵਿੱਚ। ਜੋ ਮੇਰਾ ਲੜਕਾ ਰੋਮਨਜੀਤ ਸਿੰਘ ਜਿਹਦਾ ਵਿਜਾ ਆ ਜਰਮਨ ਦਾ, ਉਹ ਜਿਸ ਕਰਕੇ ਆ ਗਿਆ, ਆਪੇ ਹੀ ਦੱਸਿਆ ਵੀ ਮੈਨੂੰ, ਮੈਂ ਚਾਹੂੰ ਬਾਥਰੂਮ ਕਰਨ ਗਿਆ, ਉਹਨੇ ਮੈਨੂੰ ਕਿਹਾ ਵੀ ਡੈਡੀ ਕਿੱਥੇ ਹੋ, ਮੈਂ ਚਾਹੂੰ ਜੋ ਉਹ ਗੱਡੀ 'ਚ ਆ ਗਏ, 5-7 ਮੁੰਡੇ ਯਾਰ ਦੋਸਤ ਲੈ ਗਏ, ਨਾਲ ਗੁੜੀਆ ਆ ਗਈ, ਨਾਲ ਪਰਵਾਨ ਸਾਹਿਬ ਆ ਗਏ, ਉਹਨਾਂ ਨੇ ਇੱਥੇ ਆ ਕੇ ਮੇਰਾ ਜਨਮਦਿਨ ਮਨਾਇਆ ਗਿਆ, ਬਹੁਤ ਵਧੀਆ ਮਨਾਇਆ ਗਿਆ ਜੀ। ਬਹੁਤ ਵਧੀਆ, ਮੈਂ ਜੀ 53ਵਾਂ ਸਾਲ ਸ਼ੁਰੂ ਹੋ ਗਿਆ ਜੀ। ਇਸ ਤਰ੍ਹਾਂ ਲੱਗ ਰਿਹਾ ਤੁਸੀਂ ਡਿਊਟੀ ਤੇ ਵੀ ਆ ਰਹੇ ਹੋ, ਪਰਿਵਾਰ ਇੱਥੇ ਆ ਕੇ ਤੁਹਾਡਾ ਜਨਮਦਿਨ ਮਨਾ ਰਿਹਾ? ਬਹੁਤ ਵਧੀਆ, ਮੈਂ ਆਪਣੀ ਡਿਊਟੀ ਤੋਂ ਤਾਂ ਕਟਾਈ ਨਹੀਂ ਕਰਦਾ, ਜਿੰਨਾ ਚਿਰ ਚੌਂਕ ਦੇ ਨਾਲ ਵਧੀਆ ਡਿਊਟੀ ਕਰਦਾ ਆਪਣੇ ਚੌਂਕ 'ਚ ਰਹਿ ਕੇ।